ਨਾਮ ਦੱਸ ਸਕਦੇ ਹੋ? ਆਹੀ ਪਰ ਹਰ ਜਾਂਦੇ ਹੋ, ਇੱਕ ਇਧਰੋਂ ਕਰਦੇ ਹਾਂ, ਇੱਕ ਫਿਰ ਬਾਹਰ ਖੋਲੀ ਜਾਂਦੇ ਸਾਹਿਬ ਜੀ। ਯਾਰ ਤੇਰੇ ਲੱਗ ਚੇ 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 ਯਾਰ ਤੇਰੇ ਲੱਗ
ਲੋੜ ਪਈ ਤਾਂ ਛਾਲ ਹੀ ਮਾਰਾਂ, ਪਰ ਛਾਲ ਇੰਨੀ ਕੁ ਬਾਅਦ ਅੱਜ ਵਰਤ ਦਿੱਤੀ ਵੀ ਉੱਥੇ ਮਾਰਾਂਗੇ ਜਿੱਥੇ ਕੋਈ ਪੰਜਾਬ ਦਾ ਭਲਾ ਹੁੰਦਾ ਹੋਵੇ ਉੱਥੇ ਛਾਲ ਮਾਰਾਂਗੇ। ਔਰ ਤੁਸੀਂ ਵੀ ਸਾਰੇ ਉਹੀ ਬੈਠੇ ਹੋ, ਅੰਦੋਲਨ ਚੇਤੇ ਹੁੰਦਾ। ਤੁਸੀਂ ਉਹਨਾਂ ਪਿੰਡਾਂ ਵਾਲੇ ਹੋ, ਮੈਨੂੰ ਪਤਾ ਕਿ ਉੱਥੇ ਬਹੁਤ ਹਾਲਤ ਬਣੀ ਹੈ ਉਹਨਾਂ ਪਿੰਡਾਂ ਦੇ। ਮੇਰਾ ਵੀਰ ਮੁਸਲਮਾਨ ਜਦੋਂ ਤਿੰਨੇ ਇਕੱਠੇ ਉਹਦੇ ਚਾਕੇ ਦਾਲ ਦੀਆਂ ਬਾਹਰੀਆਂ ਦਾਲ ਵਾਲੀ ਤੇ ਦਾਲ ਵਾਲੀ ਨੂੰ ਦਾਲ ਵਾਲੀ ਨੂੰ ਦਾਲ ਵਾਲੀ ਨੂੰ ਹੋ ਜੇ
ਸੰਗਲੋ ਜਦੋਂ ਸਾਰਾ ਕੁਛ ਉਹੀ ਹੈ ਆਪਾਂ ਵਿੱਚ ਕਾਹ ਤੋਂ ਪਾਉਂਦੇ ਹੋਣੇ ਆ ਆਪਾਂ ਕਿਉਂ ਭੁਲੇਖਾ ਪਾ ਰਿਹਾ ਵੀ ਮੈਂ ਉਹ ਕੀੜੀ ਹੈ ਜਾਂ ਮੱਖੀ ਹੈ ਜਿਹਦੇ ਕਰਕੇ ਵਾਇਦਾ ਚੱਲ ਰਿਹਾ ਜਿਹੜਾ ਚੱਲ ਰਿਹਾ ਪਾਣੀ 'ਚ ਚੱਲਣ ਦਿਓ ਆਪਦਾ ਕਰਮ ਬੀਜ ਦਿਓ ਮਿਹਨਤ ਵਾਲਾ ਨੇਕੀ ਵਾਲਾ ਮਿਲਦਾ ਰਹੇ ਸਤਿ ਗੁਰ ਨਾਮ ਚਿਤੰਤਾ ਬਣ ਕੇ ਮਿਲਦਾ ਰਹੇ ਸਤਿ ਗੁਰ ਨਾਮ
ਰਿਸ਼ਤੇਦਾਰੀ ਨਾ ਯਾਰੀ ਲੈਂਦੀ ਸਭ ਛੱਡਣੇ ਪੈਂਦੇ ਆ। ਜਗ੍ਹਾ ਕੀ ਹੋ ਗਿਆ? ਅੱਛਾ ਜ਼ਿੰਦਗੀ ਮੌਤ ਨਾਲ ਪਈ ਖੈਂਦੀ, ਰਿਸ਼ਤੇਦਾਰੀ ਨਾ ਯਾਰੀ ਰਹਿੰਦੀ, ਆਖਰ ਦੁਨੀਆ ਛੱਡਣੀ ਪੈਂਦੀ, ਇਹ ਦੁਨੀਆ ਛੱਡਣੀ ਪੈਂਦੀ। ਉਹ ਤੈਨੂੰ ਅੱਖੀਆਂ ਰੋਣਗੀਆਂ, ਤੂੰ ਲੱਕੜਾਂ ਦੇ ਉੱਤੇ ਲੱਕੜਾਂ ਪਾਉਂਦੀਆਂ ਹੋਣਗੀਆਂ। ਸਾਨੂੰ ਕੀ ਲੋੜ ਹੈ ਇਹੋ ਜਿਹਾ ਕਮਲ
ਵੀ ਸਟੇਜ 'ਤੇ ਕੋਈ ਚੰਗੇ ਗੀਤ ਗਾਈਏ, ਪਰ ਰੌਲਾ ਹੈ ਇਹ ਸਾਡੇ ਸਮਾਜ ਦੀ ਪ੍ਰੋਬਲਮ ਹੈ, ਕਿਤੇ ਪਤਾ ਹੀ ਨਹੀਂ ਕੀਤਾ ਵੀ ਉਹ 'ਚ ਕੀ ਹੈ। ਇਸੇ ਚੀਜ਼ ਨੂੰ ਮੱਥਾ ਟੇਕਿਆ ਵੀ ਰੰਗ ਲਾਲ ਹੈ ਵੀ ਕੁਛ ਰੱਬ ਕਰਦਾ ਹੀ ਹੈ ਤਾਂ ਕਿੰਨੇ ਆਲੇ ਰੋਗ ਲਵਾਲੇ ਪਹਿਲਾਂ ਭਰਮਾ ਲੋਕੀ ਖਾਲੇ ਦਰਦ ਲਾਲ ਲੀੜਿਆ ਵਾਲੇ ਦਰਦ ਲਾਲ ਲੀੜਿਆ ਵਾਲੇ ਖੋਪੇ ਵੇਖੋ ਲਹਿਰਾਂ ਦੇ ਇੱਥੇ ਬਿੱਲੀ ਰਸਤਾ ਕੱਟ ਜਾ ਜੁੱਤੀਆਂ ਮਾਰਨ ਟੈਰਾਂ ਪੋਏ ਜਾਗੋ, ਐਸਾ ਜਾਗੋ
ਜਗਵਾਈਏ। Thank you.
Bye.
ਸੋ ਬੈਠ ਜਾਓ ਕਰੀ ਆ ਜਾਓ ਕੋਈ ਤੇ ਸਜਣਾ ਕਹਿੰਦਾ ਮੈਂ ਗੀਤ ਗਾਉਣਾ ਆ ਜਾ ਵੀਰ ਪਈਆ ਔਰ ਇਸ ਮਿੰਟ ਚ ਉਹ ਗੀਤ ਇਹਦਾ ਵੀਰ ਪਈਆ ਦਾ ਬਾਪੂ ਨਹੀਂ ਚਾਹੀਦਾ ਨਾ ਦੋ ਹਜ਼ਾਰ
ਭਾਈ ਚਾ ਜੇ ਕੋਈ ਬੰਦਾ ਕਹਿੰਦਾ ਮੈਂ ਤੈਨੂੰ ਪੈਸੇ ਨਾ ਦਿਓ ਜਾਂ ਤਾਂ ਮੇਰਾ ਦਿਮਾਗ ਵਿੱਲ ਗਿਆ ਜਾਂ ਤੁਸੀਂ ਠੀਕ ਨਹੀਂ ਵਨ ਸਾਈਡ ਦਾ ਪ੍ਰੋਬਲਮ ਹੈਗੀ ਹੈ ਨਾ ਚਾਂਸ ਮੇਰੇ ਜ਼ਿਆਦਾ ਨਾ ਹੀ ਹਿੱਲਿਆ ਲੱਗਦਾ ਪਰ ਤੁਸੀਂ ਵੀ ਖਿਆਲ ਰੱਖਿਓ ਆਪਣਾ ਤਾਂ ਹੁਣ ਦੋਸਤ ਲੱਭਣਾ ਪਤਾ ਕਰ ਲੈਣਾ ਵੀ ਸੁੱਕ ਜਾਊ ਬੂਟਾ ਦੱਸ ਕਿੱਦਾਂ ਸੁੱਕ ਜਾਊ ਜੋ ਗੁਰੂਆਂ
ਮਿਹਰਬਾਨੀ ਭਾਈ ਨਗਰਾਂ ਵਾਲਿਓ ਪਿੰਡਾਂ ਵਾਲਿਓ, ਅਗਲਾ ਕਲਾ ਮੁੜਦਾ ਲੱਥਣੇ ਨਹੀਂ, ਐਸੇ ਰੰਗ ਚੜ੍ਹਾ ਦੇਣਗੇ ਬੀਬਾ ਨਾ ਜੈ ਪਸਤੀ ਦੇ ਵੇਲੇ ਦੀ ਪਸਤੀ ਨੂੰ ਲੈ ਜਾਓ ਹੋਰ ਕਲਾ ਪਾਉਂਦੇ ਹੋ।
ਪਿੱਛੇ ਨਾ ਕੋਈ ਖੱਬੇ ਸੱਜੇ ਸਮਿਆਂ ਬਾਰੇ ਨਾ ਇੱਕ ਬੋਲੀ ਚੇਤੇ ਹੁੰਦੀ ਹੈ ਗਾਣਾ ਤਾਂ ਤੁਹਾਡਾ ਸਵੇਰ ਨਾਲ ਲੈ ਕੇ ਆਵੇ ਜੇ ਜ਼ਰੂਰੀ ਨਹੀਂ ਮੈਂ ਜੋ ਬੋਲੂੰਗਾ ਜਾਂ ਮੈਂ ਤਾਂ ਜੋ
ਹੈ, ਪਰ ਜਿਹੜਾ ਚੰਗਾ ਲੱਗਿਆ ਰੱਖ ਲਿਓ, ਜਿਹੜਾ ਨਾ ਚੰਗਾ ਲੱਗਿਆ ਇੱਥੇ ਮੋੜ ਜਾਓ, ਆਪਦੇ ਘਰਾਂ 'ਚ ਆਪਣਾ ਪਾ ਕੇ ਜਾ ਕੇ ਉਹਨਾਂ ਮੇਰੇ ਤੇ ਨਹੀਂ ਹੈ।
ਜਿੱਧਰਦੀ ਫਕੀਰ ਪਿੱਛੇ ਮਾਇਆ ਚੜਾ
ਲਿਆ ਸਾਡਾ ਬਾਹਲੀ ਵੱਡੀ ਪੰਕਤੀ ਦੇ ਕੇ ਗਿਆ, ਜੋ ਬ੍ਰਹਿ ਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਕੋਈ ਜਾਲਾ, ਕੋਈ ਥਾਲਾ, ਕੋਈ ਬਨਸਪਤੀ, ਕੋਈ ਨਾਦ, ਕੋਈ ਅਨਹਦ ਨਾਦ, ਕੋਈ ਸੁਗੰਧੀ, ਕੋਈ ਬਿਰਤੀ, ਬ੍ਰਹਿਮੰਡ ਸ੍ਰਿਸ਼ਟੀ ਚੰਦ ਤਾਰੇ, ਕੋਈ ਐਸੀ ਸ਼ਾਇਰ ਨਹੀਂ ਜਿਹੜੀ ਦੇਖੀ ਨਹੀਂ ਤੇ ਸੁਣੀ ਨਹੀਂ। ਤੁਸੀਂ ਸਾਰਿਆਂ ਨੇ ਸੁਣੀ ਆ। ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂੰਗਾ, ਨੀ ਤੈਨੂੰ ਦਿੱਲੀਏ ਕੱਠ ਪਰੇਸ਼ਾਨ ਕਰੂੰਗਾ, ਨੀ ਤੇਰਾ ਫਾਇਦੇ ਨਾਲੋਂ ਜ਼ਿਆਦਾ ਨੀ ਨੁਕਸਾਨ ਕਰੂੰਗਾ। ਲੱਗੀ ਸੀ ਗਾਉਣ ਦੀ ਹੁਣ ਆਵਾਜ਼ ਨਹੀਂ ਨਿਕਲਦੀ। ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂੰਗਾ, ਪਰ ਫਸਲਾਂ ਦੇ ਫੈਸਲੇ, ਉਹ ਮਖਿਆ ਫਸਲਾਂ ਦੇ ਫੈਸਲੇ, ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ, ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ, ਅਸੀਂ ਚਿੱਤਾਂ ਦੇ ਦੇਖਦੇ
ਜੰਗ ਹੈ, ਜਿੰਨੇ ਵੀ ਟਰੈਕਟਰਾਂ ਦੇ ਤੇ ਕਈ ਮੇਰੇ ਦੇ ਰਾਤ ਨੂੰ 12 ਕੁ ਵਜੇ ਜਦੋਂ ਥੋੜ੍ਹੇ ਜਿਹੇ ਠੀਕ ਹੋ ਜਾਂਦੇ ਸੀ ਫਿਰ ਲਾਉਂਦੇ ਸੀ ਲਾਓ ਉਹਦਾ ਕਨਵਰ ਦਾ ਖਿੱਚ ਲੈ ਖਿੱਚ ਦੇ ਰਾਤ ਨੂੰ 12 ਵਜੇ ਭੰਗੜਾ ਪੈ ਰਹੇ ਆ ਮੰਗਣੇ ਆਉਂਦੇ
ਅੱਤਵਾਦ ਲਿਖਿਆ ਜਿੰਨਾ ਸਾਡੀ
ਜਾਣਦੇ ਨੀ ਤੁਸੀਂ ਸਾਡੇ ਉਹ ਕੀ ਬੀਤੀ ਹੋਈ ਏ, ਜਾਣਦੇ ਨੀ ਤੁਸੀਂ ਉਹ ਸਾਡੇ ਕੀ ਬੀਤੀ ਹੋਈ ਏ। ਉਹ ਮੁੰਡੇ ਉਹ ਸਾਡੇ ਨਾਲ ਮੁੱਢ ਤੋਂ ਉਹ ਰਾਜਨੀਤੀ ਹੋਈ ਏ, ਉਹ ਵੀਰਾ ਰਾਜਨੀਤੀ ਹੋਈ।
ਜਾਣਕਾਰੀ ਵਾਸਤੇ ਦੱਸਿਆ। ਸ਼ੁਕਰੀਆ ਬਾਜੀ, ਸ਼ੁਕਰੀਆ। 25 ਲੱਖ ਆਇਲ ਲੱਗੀ ਵੀ ਹੈ ਪੰਜਾਬ ਵੱਲੋਂ, 25 ਲੱਖ ਕੈਨੇਡਾ ਦੀ ਆਪਣੇ ਪੰਜਾਬ ਚੋਂ 25 ਲੱਖ ਤੇ ਪੌਣੇ 3 ਕਰੋੜ ਹੈ। ਉਧਰ ਤੇ ਪਾ ਕੇ ਹੁਣ ਮੈਂ ਇਹ ਨਹੀਂ ਕਹਿ ਸਕਦਾ ਵੀ ਕੋਈ ਕਿਉਂ ਜਾਂਦਾ ਹੈ, ਮਜਬੂਰੀ ਨੂੰ ਜਾਂਦਾ ਹੈ, ਪਰ ਬਾਬਾ ਜੇ ਆਏ ਤੁਰੀ ਗਏ, ਆਏ ਤੁਰੀ ਗਏ। 2030 ਦਾ ਪੰਜਾਬ ਨਿਗਾਹ ਮਾਰ ਕੇ ਦੇਖੋ ਨੌਜਵਾਨਾਂ ਦੇ ਬਜ਼ੁਰਗੋ, 2030 ਦਾ ਪੰਜਾਬ ਕਿੱਦਾਂ ਦਾ ਆਊਗਾ। ਇਸ ਕਰਕੇ ਕਰੋ ਅਰਦਾਸ ਉਸ ਮਹਾਰਾਜ ਸੱਚੇ ਪਾਤਸ਼ਾਹ ਨੂੰ, ਬਖਸ਼ ਸਾਨੂੰ, ਇਸ ਤੋਂ ਵੱਡਾ ਸ਼ਰਾਬ ਕੋਈ ਨਹੀਂ ਹੈ। ਆਪਦੀ ਜਨਮ ਭੂਮੀ, ਆਪਦੀ ਕਰਮ ਭੂਮੀ ਛੱਡਣੀ ਪੈ ਜਾਏ, ਇਹ ਵੱਡੀ ਸੱਟ ਹੈ। ਉਹਦੇ ਖਾਣੇ ਲਾਉਣ ਜਾਂਦੇ ਆ, ਗੱਲ ਗੱਲ ਤੇ ਪੰਜਾਬ ਦੀ ਉਹਨਾਂ ਚੋਂ ਤਰਸੇ ਪਏ ਆ, ਬਥੇਰੇ ਸੌਖੇ ਆ ਪੈਸੇ ਪੱਖੋਂ। ਪਰ ਰੌਲਾ ਜਦੋਂ ਕਹਿੰਦੇ ਨਾ ਪੰਜਾਬ ਖਿੜ ਜਾਂਦੇ ਆ, ਇਹ ਗੱਲ ਸੁਣਾ ਕੋਈ ਪਹਿਲਾਂ ਤੇਰੇ ਪੁੱਤ ਨਸ਼ਿਆਂ ਤੇ ਲਾ ਗਏ, ਹੁਣ ਤੇਰੀ ਮਾਂ ਮਾਰਨ ਨੂੰ ਆ ਗਏ। ਪੁੱਤ ਨਸ਼ਿਆਂ ਤੇ ਲਾ ਗਏ, ਹੁਣ ਤੇਰੀ ਮਾਂ ਮਾਰਨ ਨੂੰ ਆ ਗਏ। ਨਿਆਣੇ ਬਾਹਰ ਨੂੰ ਤੁਰ ਪਏ ਨੇ, ਬਾਹਰ ਨੂੰ ਤੁਰ ਪਏ ਨੇ, ਪੱਕੇ ਜਿੰਦਰੇ ਪੰਜਾਬ ਦੇ ਕਿਸੇ ਵੀ ਪਿੰਡ 'ਚ ਗੁਰਦੁਆਰੇ 2 ਹੈ ਤਾਂ
ਪੁੱਛਣ ਦੀ ਲੋੜ ਨਹੀਂ, ਸਿੱਧੀ ਜੀ ਗੱਲਾਂ ਨਹੀਂ ਪਿੰਡ ਦੀ ਬਣਦੀ ਨਹੀਂ। ਸੁਣ ਲਓ ਗੱਲ ਨੂੰ ਕਿ ਜੇ ਪਿੰਡ ਚ ਗੁਰਦੁਆਰੇ ਦੋ ਤੋਂ ਵੱਧ ਹੈ, ਸਭ ਨੂੰ ਪਤਾ ਵੀ ਇਹ ਦੋ ਕਿਉਂ ਹੈ, ਇੱਕ ਕਿਉਂ ਨਹੀਂ ਹੈ। ਜੜ ਫੜ ਲਓ, ਜੜ ਬਗਾਨਾ ਪੁੱਤ ਜੜਾਂ ਹੀ ਕੁਦਰੀ ਹੁੰਦੇ ਆ, ਜੜ ਫੜ ਲਓ। ਧੀਆ ਪੁੱਤ ਇਕੱਠੇ ਕਰਨਾ ਤੂੰ, ਟੱਬਰ ਇਕੱਠਾ ਕਰਨਾ ਤੂੰ, ਜੀ ਇਕੱਠੇ ਕਰਨਾ ਤੂੰ, ਇਹ ਮੈਂ ਫਰ ਲੱਪਣੀ ਤੇ ਅੜ ਕੇ ਓਏ ਅੱਖਾਂ ਖੋਲ ਪੰਜਾਬ ਸਿਆ, ਤੇਰੇ ਘਰ ਚੁੱਲ ਮੇਰੇ ਵਰਗਾ ਖੋਲ ਪੰਜਾਬ ਸਿਆ, ਤੇਰੇ ਘਰ ਚੁੱਲ ਮੇਰੇ ਓਏ ਅੱਖਾਂ ਖੋਲ ਪੰਜਾਬ ਸਿਆ, ਹਰੀ ਚੱਲ ਰਹੇ
ਰੌਲਾ ਤਾਂ ਮੁੰਡੇ ਦੀ ਮਾਂ ਤੇ ਮੁੰਡੇ ਦੇ ਪਿਓ ਦਾ ਹੈ, ਇਹ ਜਾ ਕੀ ਕਰੀ ਜਾਂਦੇ ਨੇ ਮੁੰਡਾ ਹੀ ਫਸ ਗਿਆ ਮਿਲ ਗਿਆ। ਤੁਸੀਂ ਦੋਨੇ ਕਿੱਥੇ ਹੋ ਭਾਜੀ? ਜਾਮਣ ਕੋਲੇ ਖੜਾ ਆ, ਜਾਓ ਚੱਕ ਲਓ, ਬਖਸ਼ਾ ਲਓ ਪੁੰਨਾ। ਪਤਾ ਮੈਥੋਂ ਕੀ ਗਲਤੀ ਹੋ ਗਈ, ਬੋਲਾ ਭਾਈ ਤੂੰ ਵੀ ਸੁਣੇ ਜਾਣਾ, ਮੈਂ ਉਹਦੀਆਂ ਗਠੜੀਆਂ ਬੰਨ ਬੈਠਾ, ਉਹ ਪਿੰਡ ਵਾਲੇ ਜਿਹੜੇ ਨਾਲ ਨਹੀਂ ਜਾਣਾ, ਮੈਂ ਉਹਦੀਆਂ ਗਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਮੈਂ 100 ਵੀ ਜੋੜਿਆ। ਆ ਜਾ ਬਾਬੇ, ਆ ਜਾ ਬਾਬੇ, ਉਹ ਮੁੰਡੇ ਨੂੰ ਆਣੇ ਤੇ ਫੋਟੋ ਲੈ। ਮੈਂ 100 ਵੀ ਜੋੜਿਆ, ਲੱਖ ਵੀ ਜੋੜਿਆ, ਜੋੜ ਤੇ ਕਈ ਕਰੋੜ ਲਏ, ਮੈਂ 100 ਵੀ ਜੋੜਿਆ, ਉਹ ਵੀਰ ਮੇਰਿਆ ਲੱਖ ਵੀ ਜੋੜਿਆ, ਜੋੜ ਤੇ ਕਈ ਕਰੋੜ ਲਏ, ਦੁਨੀਆਂ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ, ਪਰ ਮੈਂ ਅੰਦਰੋਂ ਨਾਤੇ ਤੋੜ ਲਏ, ਭੱਜਦਾ ਭੱਜਦਾ ਭੱਲਣਾ ਗਠੜੀਆਂ ਬੰਨ ਬੈਠਾ, ਉਹ ਪਿੰਡ ਜਿਹੜੇ ਨਾਲ ਨਹੀਂ ਜਾਣਾ, ਮੈਂ ਉਹਦੀਆਂ ਉਹ ਗਠੜੀਆਂ। ਆਖਰੀ ਬੋਲ ਆਉਂਦੇ ਵੀ ਆ ਗਈ ਚਿੱਠੀ ਵਾਸ ਪੈ ਗਈ, ਆ ਗਈ ਚਿੱਠੀ ਤੇ ਵਾਸ ਪੈ ਗਈ, ਮੈਂ ਰੋ ਰੋ ਕਰੀ ਤਿਆਰੀ, ਗਠੜੀ ਮੈਂ ਚੁੱਕਣ ਲੱਗਾ, ਉਹਨੇ ਭਰੇ ਵਗਾ ਕੇ ਮਾਰੀ ਵੇ, ਜਿਹੜੀ ਗਠੜੀ ਮਾਰੇ ਨੇ ਵਗਾ ਕੇ ਮਾਰੀ, ਜਾਣ ਲੱਗੇ ਜਿਹੜੀ ਗਠੜੀ ਨਾਲ ਨਹੀਂ ਗਈ, ਉਸ ਗਠੜੀ ਚ ਸਮਾਨ ਚੈੱਕ ਕਰਿਓ, ਆਪਣੀ ਵੀ ਇੱਥੇ ਰਹਿਣੀ ਹੈ, ਤੁਹਾਡੀ ਵੀ ਤੇ ਮੇਰੀ ਵੀ। ਉਸ ਗਠੜੀ ਚ ਕੀ ਹੈ? ਉਸ ਗਠੜੀ ਵਿੱਚ ਪਰਿਵਾਰ ਸੀ ਮੇਰਾ, ਰਹਿ ਗਿਆ ਵੱਡਾ ਘਰ ਬਾਰ ਸੀ ਮੇਰਾ, ਰਹਿ ਗਿਆ ਉਸ ਗਠੜੀ ਵਿੱਚ ਪਰਿਵਾਰ ਸੀ ਮੇਰਾ, ਬਹੁਤ ਵੱਡਾ ਘਰ ਬਾਰ ਸੀ ਮੇਰਾ, ਉਹ ਕੱਲਾ ਕੱਲਾ ਯਾਰ ਸੀ ਮੇਰਾ, ਸੱਚ ਜਾਣਿਆ ਇਹ ਸੰਸਾਰ ਸੀ ਮੇਰਾ, ਰਹਿ ਗਿਆ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ, ਮੈਂ ਉਹਦੀਆਂ ਗਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਮੈਂ ਉਹਦੀਆਂ ਗਠੜੀਆਂ ਬੰਨ ਬੈਠਾ, ਭਾਈ ਜਿਹੜਾ ਨਾਲ ਨਹੀਂ, ਜਿਹੜਾ ਮੇਰੇ ਨਾਲ ਨਹੀਂ, ਜਿਹੜਾ ਤੇਰੇ ਨਾਲ ਨਹੀਂ, ਜਿਹੜਾ ਕਿਸੇ ਦੇ ਵੀ ਨਾਲ ਨਹੀਂ, ਨਾ ਜਾਊਗੀ ਪੁੱਤ ਮੇਰਿਆ ਨਾਮ ਦੀ ਕਮਾਈ, ਸੱਚੇ ਨਾਮ ਦੀ ਕਮਾਈ, ਹਰੇ ਰਾਮ ਦੀ ਕਮਾਈ, ਆ ਗਿਆ ਛੱਲਾ।
ਕਰਨਾ ਕਿ ਨਹੀਂ, ਯੂਨੀਵਰਸਿਟੀ ਪੜ੍ਹ ਲੈਣਾ, ਪੰਜਾਬ ਦੇ ਕਿਸੇ ਪਿੰਡ 'ਚ ਆ ਲਓ, ਆਦਮੀ ਮਿਲ ਜਾਂਦਾ ਕੋਈ ਨਾ ਕੋਈ। ਅਸੀਂ ਵੀ ਇਕੱਠੇ ਪੜ੍ਹੇ ਹਾਂ ਇਹਦੇ ਪਟਿਆਲੇ, ਸਾਡਾ ਬੰਦਾ ਨੂੰ ਸਰਕਾਰ 'ਚ ਭਾਈ ਰੌਬਿਨ ਸਾਡਾ ਭਰਾ ਹੈ। ਕਰਦੀ 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 ਕ
ਕੱਟ ਜਾਂਦਾ ਹੋਵੇ ਭਾਵੇਂ ਛੱਡ ਦੇ ਝਾੜੋ ਲਾਲਚੀ ਬੰਦੇ ਜਿੱਥੇ ਮਰਜ਼ੀ ਚੜਾ ਲਓ ਸ਼ਰਾਬ ਵੀ ਪੀਤੀ ਸੀ ਅਤੇ ਕਿਸੇ ਪਸ਼ੂ 'ਚ ਵੱਜ ਗਿਆ ਮੋਟਰਸਾਈਕਲ ਅਤੇ ਉਹ ਮੁੰਡਾ ਮਰ ਗਿਆ ਭੋਗ 'ਤੇ ਮੈਂ ਗੱਲਾਂ ਸੁਣੀਆਂ ਉੱਥੇ ਗੱਲਾਂ ਕਰਨ ਜਾਣ ਕਹਿੰਦੇ ਵੀ ਜੇ ਉੱਥੇ ਨਾ ਤੁਰਦਾ ਜਿਸ ਤਰ੍ਹਾਂ ਬਥੇਰਾ ਗਿਆ ਸੀ ਜੇ ਨਾ ਤੁਰਦਾ ਬਚ ਜਾਂਦਾ ਸੱਚੀ ਵੀ ਅੱਜ ਆਪਣੇ ਵਿੱਚ ਹੁੰਦਾ ਕੁਛ ਕਵੇ ਕੋਈ ਕੁਛ ਕਵੇ ਵੀ ਆਏ ਕਰ ਲੈਂਦਾ ਆਏ ਮੈਂ ਬੈਠਾ ਦੇਖੀ ਜਾਵਾਂ ਅਤੇ ਸੁਣੀ ਜਾਵਾਂ ਮੈਂ ਕਿਹਾ ਪਰਮਾਤਮਾ ਇੱਕ ਪਾਸੇ ਤਾਂ ਤੂੰ ਕਹਿੰਦਾ ਵੀ ਮੈਂ ਆਪ ਹੀ ਘੱਲਦਾ ਆਪ ਹੀ ਸੱਦਦਾ ਮੈਂ ਜਿੰਨੇ ਸਾਹ ਦੇ ਕੇ ਤੋਰਦਾ ਉਦੋਂ ਇੱਕ ਨਾ ਘੱਟ ਹੈ ਨਾ ਇੱਕ ਵੱਧ ਹੈ ਆਹ ਫਿਰ ਗੱਲਾਂ ਕੀ ਕਰੀ ਜਾਂਦੇ ਆ ਇਹਨਾਂ ਦੀ ਗੱਲ 'ਚ ਜੇ ਕਿਉਂ ਹੈ ਸਮਝੋ ਇਹ ਗੱਲ ਤਕਰੀਬਨ ਸਾਰਾ ਦਿਨ ਸਾਡੇ ਨਾਲ ਵੀ ਫਿੱਟ ਬਹਿੰਦੀ ਹੈ ਜਿੱਥੇ ਅਸੀਂ ਕਹਿੰਦੇ ਨੇ ਵੀ ਜੇ ਐਂ ਕਰ ਲੈਂਦੇ ਨਜ਼ਰ ਐਂ ਹੋ ਜਾਂਦਾ ਨਹੀਂ ਉੱਦਾਂ ਹੀ ਹੋਣਾ ਸੀ ਉਹ ਸਾਡੇ ਪਰਿਵਾਰ ਦੇ ਮੁੰਡੇ ਨੇ ਉਸ ਦਿਨ ਮੁੱਕਣਾ ਸੀ ਉਹਦੇ ਸਾਹਾਂ ਦੀ ਪੂੰਜੀ ਖਤਮ ਹੋ ਗਈ ਸੀ ਇਹ ਉਹਨਾਂ ਲੋਕਾਂ ਦਾ ਖਿਆਲ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੈ ਭਗਵਤ ਗੀਤਾ ਨੂੰ ਕੁਰਾਨ ਨੂੰ ਮੰਨਦੇ ਹੈ ਗ੍ਰੰਥਾਂ ਵੇਦਾਂ ਸ਼ਾਸਤਰਾਂ ਦਾ ਸਤਿਕਾਰ ਕਰਦੇ ਹੈ ਪੜ੍ਹਦੇ ਆ ਅਤੇ ਅਮਲ ਕਰਦੇ ਆ ਇਹ ਉਹਨਾਂ ਦੀ ਬਾਤ ਹੈ ਜਿਹੜੇ ਇਹਨਾਂ ਤੋਂ ਬੇਮੁੱਖ ਨੇ ਉਹਨਾਂ ਕੋਲ ਬਣਦਾ ਗੱਲਾਂ ਨੇ ਫਰਕ ਇੰਨਾ ਗੱਲਾਂ ਨਾਲ ਕੋਈ ਨਸ਼ੇੜੀ ਹੈ ਇਸ ਜਨਮ 'ਚ ਤਾਂ ਨਹਿਰ ਤਾਂ ਮਰੂੰਗਾ ਬਾਈ ਸਰਿੰਜ ਰਹਿ ਜੂਗੀ ਬਾਪੂ ਜੇ ਕੋਈ ਨਸ਼ੇੜੀ ਆ ਨਹਿਰ ਤੇ ਰਹਿ ਜੂ ਸਰਿੰਜ ਵਿੱਚ ਰਹਿ ਜੂ ਚੱਕ ਲਿਆਉਣਗੇ ਫੂਕ ਦੇਣਗੇ ਜੇ ਕੋਈ ਆ ਵਰਦੀਆਂ ਦੀਆਂ ਬਾਰਡਰ ਤੇ ਖੜੇ ਆ ਸਾਡੇ ਨੌਜਵਾਨ ਭਰਾ ਜੇ ਕੋਈ ਆਰਮੀ 'ਚ ਫੌਜੀ ਆ ਤਾਂ ਜੇ ਆ ਗਈ ਤਾਂ ਗੋਲੀ ਵੱਜਣੀ ਆ ਦੁਸ਼ਮਣ ਦੀ ਸ਼ਹੀਦ ਕਹਿਣਗੇ ਉਹਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਊਗੀ ਵੈਂਟੀਲੇਟਰ ਤੇ ਲੋਕ ਰਹਿ ਜਾਂਦੇ ਆ ਵੈਂਟੀਲੇਟਰ ਤੇ ਇਸ ਕਰਕੇ ਇਸ ਗੱਲ ਨੂੰ ਮੰਨ ਲਈਏ ਆਪਾਂ ਪੰਜਾਬ ਵਾਲੇ ਕਿ ਜਿੱਦਾਂ ਲਿਖੀ ਆ ਨਾ ਬਾਈ ਨਹੀਂ ਟਲਦੀ ਆਉਣੀ ਆਉਣੀ ਹੈ ਸਾਨੂੰ ਬੜੀ ਸੋਹਣੀ ਲਾਈਨ ਦੇ ਕੇ ਗਿਆ ਸੀ ਪਿਓ ਸਾਡਾ ਤੇਰਾ
ਆਪਣਾ ਖੁੱਸ ਗਿਆ, ਗਵਾਚ ਗਿਆ, ਕਿਤੇ ਲੱਭਣ ਦੀ ਕੋਸ਼ਿਸ਼ ਨਹੀਂ ਹੋ ਰਹੀ। ਆਪਣੇ ਸੀਐਮ
ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਹੜੇ ਸੀਐਮ ਸਾਹਿਬ ਦੇ ਕਹਿੰਦੇ ਭਾਈ ਕਹਿੰਦੇ ਆ, ਪਰ ਸਾਡਾ ਮੁੱਖ ਮੰਤਰੀ ਵੀ ਇਹੀ ਬੋਲਦਾ ਵੀ ਹਾਂ ਭਾਈ ਇਹ ਪੋਜ਼ਿਟਿਵ ਗੱਲਾਂ ਨੇ। ਕੋਤਲੇ ਜਿੰਨੇ ਮਰਜ਼ੀ ਬੋਲ ਨਹੀਂ ਚੱਲੇ, ਪਰ ਇਹ ਪੋਜ਼ਿਟਿਵ ਗੱਲਾਂ ਨੇ। ਲੀਡਰਾਂ ਤੇ ਆਪਣੇ ਹਾਸਲੇ ਘਟੇ ਆ। ਪਹਿਲਾਂ ਗੱਲ ਹੈ ਮੈਨੂੰ ਬਹੁਤ ਮਸਲਿਆਂ ਤੇ ਡਿਸਕਸ ਕਰੀਏ, ਆਪਦੇ ਸਮਝ ਕੇ ਹੱਕ ਸਮਝ ਕੇ ਮਾਣ ਕਰਕੇ ਕਹੀਏ ਕਿ ਪਿੰਡ ਦੀ ਬਿਹਤਰੀ ਲਈ ਆਹ ਹੋਣਾ ਚਾਹੀਦਾ, ਫਿਰ ਹੋਵੇ। ਇਸ ਚੀਜ਼ ਦੀ ਲੋੜ ਆ ਪੰਜਾਬ 'ਚ, ਇਸ ਚੀਜ਼ ਦੀ ਕਿ ਫਰੈਂਡਲੀ ਥੋੜ੍ਹਾ ਮਾਹੌਲ ਤਾਂ ਬਣਾਉਣਾ। ਚਲੋ।
ਕਮਲੀ ਕੀ ਜਾਣਾ ਨੀ ਲੱਭਦਾ ਯਾਰ ਆ
ਮੇਰੀਆਂ ਮਾਵਾਂ ਦਾ, ਮੇਰੀਆਂ ਨਾ ਭੈਣਾਂ ਦਾ, ਸਾਡੇ ਬਾਪੂਆਂ ਦਾ, ਲਾੜੇਦਾਰਾਂ ਦਾ ਅਤੇ ਮੇਰੇ ਭਰਾਵਾਂ ਦਾ, ਛੋਟੇ ਬੱਚਿਆਂ ਦਾ, ਪੁਲਿਸ ਆਫਿਸਰ ਸਾਹਿਬਾਨਾਂ ਦਾ, ਜਿੰਨਾ ਵੀ ਦੁਕਾਨਦਾਰ ਭਰਾ ਇੱਥੇ ਆਪਣੀ ਕਿਰਤ ਕਮਾਈ ਕਰਦਾ ਹੈ ਉਹਨਾਂ ਦਾ, ਵੀਡੀਓ ਬਣਾਉਣ ਵਾਲੇ ਭਰਾਵਾਂ ਦਾ, ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਰੱਬ ਚੜ੍ਹਦੀ ਕਲਾ ਦੇ ਰੱਖੇ ਤੁਹਾਨੂੰ ਸਾਰਿਆਂ ਨੂੰ, ਨਗਰ ਖੇੜੇ ਦੀ ਖੈਰ। ਮੈਨੂੰ ਉਹਨਾਂ ਨੂੰ ਗੀਤ ਯਾਦ ਨਾ ਕਰੋ, ਉਹਨਾਂ ਨੂੰ ਗੀਤ ਯਾਦ ਕੀ ਬੋਲਣਾ, ਕੀ ਬੋਲਣਾ ਬਸ। ਮੈਂ ਨਾ ਇੱਕ ਦਿਨ, ਮੇਰੇ ਖਿਆਲ ਤੁਸੀਂ ਕਈਆਂ ਨੇ ਵੀਡੀਓ ਦੇਖੀ ਹੋਣੀ ਆ, ਇੱਕ ਸਿੱਧੂ ਮੂਸੇ ਨੇ ਉਸ ਵੀਰ ਦਾ ਜ਼ਿਕਰ ਕਰ ਰਿਹਾ ਭਰਾ, ਚੀਕ ਨਹੀਂ ਮੰਗੇ ਪੁੱਤ ਮਰਿਆ ਉਹਨਾਂ ਦਾ। ਸ਼ਰਮ ਆਉਣੀ ਚਾਹੀਦੀ ਹੈ ਸਾਡੇ ਪੰਜਾਬ ਵਾਲਿਆਂ ਨੂੰ, ਮਰਨ ਤੋਂ ਬਾਅਦ ਉਹ ਮੁੰਡੇ ਦਾ ਜਦੋਂ ਵੀ ਨਾਮ ਲੈਂਦੇ ਆ ਸਾਡਾ ਪੰਜਾਬ ਚੀਕ ਮਾਰਦਾ, ਕੀ ਗੱਲ ਆ, ਬਹੁਤ ਖੁਸ਼ੀ ਦੀ ਗੱਲ ਹੈ। ਇਸ ਕਰਕੇ ਜਿਹੜੇ ਦਰਦ ਆ ਨਾ ਅਕਸਰ ਨਹੀਂ ਛੱਡੀਦੇ, ਅਕਸਰ ਨਹੀਂ ਛੱਡੀਦੇ, ਰੋਜ਼ ਖਾਦਾ ਕਿਤੇ ਨਾ ਕਿਤੇ ਅਕਸਰ ਨਹੀਂ ਛੱਡੀਦੇ ਬਾਈ। ਇੱਕੋ ਹੀ ਕੰਮ ਕਰਨ ਵਾਲਾ ਪੰਜਾਬ ਦੇ, ਅਰਦਾਸ ਕਰ ਲਓ ਭਾਈ, ਉਸ ਮਾਂ ਬਾਪ ਦੀ ਅਰਦਾਸ ਕਰ ਲਓ। ਉਹਨਾਂ ਨੇ, ਉਹਨਾਂ ਦੇ ਪੇਰੈਂਟਸ ਨੇ ਇੱਕ ਅਨਾਊਂਸਮੈਂਟ ਕੀਤੀ ਸੀ ਕਿ ਜਿਹੜੇ ਸਿੱਧੂ ਨੂੰ ਪਿਆਰ ਕਰਦੇ ਆ, ਸਾਉਣ ਤੇ ਭਾਦੋ ਦਾ ਮਹੀਨਾ ਦਰਖਤ ਲਾ ਲਿਓ, ਕਿੰਨੇ ਕਿੰਨੇ ਲਾਏ ਆ, ਆਹੀ ਤਾਂ ਰੌਲਾ ਨਾ, ਆਹੀ ਤਾਂ ਰੌਲਾ। ਇਕੱਲੀਆਂ ਚੀਕਾਂ ਮਾਰਨਾ, ਅਸੀਂ ਗੁਰੂ ਨਾਨਕ ਦੇ ਪੁੱਤ ਹੈ। ਮੈਂ ਜਿਹੜੀ ਉਹ ਸਪੀਕਰ ਦੇ ਇੱਕ ਗੱਲ ਸੁਣਾ ਰਿਹਾ ਸੀ ਨਾ, ਵੀ ਜਦੋਂ ਸਾਹ ਪੂਰੇ ਹੋ ਗਏ ਜਾਣਾ ਹੈ, ਜਾਂ ਤਾਂ ਕਹਿ ਦਿਓ ਅਸੀਂ ਬਾਬੇ ਦੀ ਬਾਣੀ ਤੋਂ ਮੁਨਕਰ ਹੋ ਗਏ, ਅਸੀਂ ਨਹੀਂ ਮੰਨਦੇ ਬਾਬੇ ਦੀ ਬਾਣੀ। ਬਾਬੇ ਦੀ ਬਾਣੀ ਕਹਿੰਦੀ ਹੈ ਜਿੱਦੇ ਸਾਹ ਪੂਰੇ ਹੋ ਗਏ ਜਾਣਾ, ਵਿਧ ਬਣੂਗੀ ਕੋਈ। ਸਮਝ ਵਾਲੀਆਂ ਗੱਲਾਂ ਕਰੋ, ਅਗਲ ਵਾਲੀਆਂ ਗੱਲਾਂ ਕਰੋ, ਯੋਗੀਆਂ ਨਾ ਮਾਰੋ। ਅਗਲੇ ਦਾ ਜਵਾਨ ਝੋਟੇ ਵਰਗਾ ਪੁੱਤ ਗਿਆ, ਝੋਟੇ ਵਰਗਾ ਪੁੱਤ ਗਿਆ। ਅਰਦਾਸ ਕਰਿਆ ਕਰੋ, ਦੁਆ ਕਰਿਆ ਕਰੋ, ਰੋਜ਼ ਗਾਉਣ ਵਾਲਿਆਂ ਤੋਂ ਭਗਾ ਭਗਾ ਕੇ ਕੀ ਕਰ ਲਾਂਗੇ। ਅੱਜ ਕੱਲ੍ਹ ਤਾਂ ਕਾਫੀ ਗੱਲ ਦੇਖਦਾ ਕੋਈ ਗਾਉਣ ਵਾਲਾ ਆਉਂਦਾ, ਭਾਈ ਸਿੱਧੂ ਦਾ ਗੀਤ ਲਾਉਂਦੇ ਸੀ, ਕੀ ਦਿਖਾਉਣ ਨਾਲ ਕੀ ਹੋ ਜੂਗਾ। ਜਿਹੜੀ ਗੱਲ ਕਰਨ ਵਾਲੀ ਹੈ ਬਾਈ, ਮੇਰੇ ਕੋਲ ਤਾਂ ਸਿੱਧੀਆਂ ਨਹੀਂ ਹੈ, ਮੇਰੇ ਕੋਲ ਗੁਬਾਰੀ ਕੋਈ ਉਹ ਲਿਪਾ ਪੋਚੀ ਵਾਲਾ ਕੰਮ ਨਹੀਂ। ਅੰਦਰ ਹੈ ਕਿ ਜਿਸ ਤਰ੍ਹਾਂ ਦੀ ਮੌਤ ਹੋਈ ਹੈ ਤਾਂ ਬੜੀ ਦੁਖਦਾਈ ਆ। ਮੈਂ ਉਹਦੇ ਜਾਣ ਤੋਂ ਬਾਅਦ ਤੁਹਾਡੇ ਲਈ ਸੁੱਖ ਮੰਗ ਸਕਦਾ ਕਿ ਜਿੰਨੀਆਂ ਸਾਡੀਆਂ ਨੌਜਵਾਨ ਸਾਡੇ ਭਰਾ ਭੈਣ ਸਾਡੇ, ਕਿ ਮਹਾਰਾਜ ਫੈਸਲਾ ਤੇਰੇ ਬੱਚਾ, ਪਰ ਮੇਰੀ ਅਰਦਾਸ ਹੈ ਗਵਈਆ ਆਉਣ ਦੇ ਨਾਤੇ ਇਹਨਾਂ ਨੂੰ ਉਮਰਾਂ ਦੇਵੀ, ਇਹਨਾਂ ਨੂੰ ਚੰਗੀਆਂ ਸਿਹਤਾਂ ਦੇਵੀ, ਇਹਨਾਂ ਨੂੰ ਸਮਝ ਦੇਵੀ, ਇਹਨਾਂ ਨੂੰ ਕੰਮ ਕਰਨ ਜੋਗੇ ਰੱਖੀ, ਇਹ ਆਪਦੇ ਮਾਂ ਬਾਪ ਦੀ ਸੇਵਾ ਕਰਨ। ਇਹ ਤਾਂ ਹੈਗੀ ਆ ਸਿੱਧੂ ਨੂੰ ਸ਼ਰਧਾਂਜਲੀ। ਹੁਣ ਇਹ ਕਹਿੰਦੀਆਂ ਹਰ ਪ੍ਰੋਗਰਾਮ ਦੇ ਬਾਈ ਚੀਕਾਂ ਮਾਰੀ ਜਾਂਦੇ ਹੋ, ਤਾਂ ਉਹਦੇ 'ਚੋਂ ਕੁਛ ਨਹੀਂ ਨਿਕਲਦਾ। ਪਿਆਰ ਕਰਦੇ ਹੋ, ਅਸੀਂ ਵੀ ਕਰਦੇ ਹਾਂ, ਪਰ ਰੌਲਾ ਆਇਆ ਕਿ ਬਸ ਉਹ ਗੁਣ ਨੇ ਨਾ ਜਿਹੜੇ, ਪਰ ਉਹ ਲੈ ਲਈਏ, ਉਹ ਲੈ ਲਈਏ, ਜਿਉਂਦਾ ਵਸਦਾ ਰਹਿ, ਰੱਬ ਉਮਰਾਂ ਦੇ ਵਿੱਚ। ਤੇਰੀ ਵੀ ਨਹੀਂ ਉੱਤੇ ਚੋਗੀਆਂ ਰੂਹ ਮੇਲਦੀਆਂ ਤੇਰੀ।
ਬਹੁਤ ਬਹੁਤ ਆਦਰ ਸਤਿਕਾਰ ਇੱਕ ਵਾਰ ਫਿਰ ਮਾਵਾਂ ਭੈਣਾਂ ਬਜ਼ੁਰਗਾਂ ਭਰਾਵਾਂ ਬੱਚਿਆਂ ਆਫਿਸਰਾਂ ਸਭ ਦਾ ਸਭ ਕਾਮਿਆਂ ਦਾ ਲੱਗਿਆ।